ਅਸਲਾਮੁ ਅਲੈਕਮ ਦੋਸਤੋ ਤੁਸੀਂ ਵੇਖ ਰਹੇ ਹੋ ਪਾਕ ਪੰਜਾਬ ਟੀਵੀ ਤੇ ਮੈਂ ਆ ਤੁਹਾਡਾ ਦੋਸਤ ਅਬਦੁਲ ਵਾਹਿਦ ਦੋਸਤੋ ਮਾਸ਼ਾਅੱਲਾ ਤੁਹਾਡੇ ਵਾਸਤੇ ਇੰਤਹਾਈ ਸਸਤੀ ਬਹੁਤ ਹੀ ਸ਼ਾਨਦਾਰ ਬਿਹਤਰੀਨ ਇਜ਼ਰਾਈ ਜ਼ਮੀਨ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਇਨਸ਼ਾਅੱਲਾ ਉਮੀਦ ਹੈ ਕਿ ਤੁਹਾਨੂੰ ਇਹ ਬੜੀ ਪਸੰਦ ਆਵੇਗੀ ਦੋਸਤੋ ਮਾਸ਼ਾਅੱਲਾ ਇਹ ਨਹਿਰ ਦੇ ਬਿਲਕੁਲ ਉੱਪਰ ਤੇ ਲਿੰਕ ਰੋਡ ਦੇ ਬਿਲਕੁਲ ਉੱਪਰ ਇਸ ਸਾਹਮਣੇ ਪੁਲ ਕ੍ਰਾਸ ਕਰਕੇ ਲਿੰਕ ਰੋਡ ਹੈ ਸਾਮਣੇ ਮੈਂ ਤੁਹਾਨੂੰ ਪ੍ਰਮਾਣ ਦਿਖਾ ਰਿਹਾ ਇੱਥੇ ਬੋਲ ਲੱਗਿਆ ਬਕਾਇਦਾ ਸਾਹਮਣੇ ਉਹ ਵੀ ਚੈੱਕ ਕੀਤਾ ਉੱਤੇ ਲਿਖਿਆ ਹੋਇਆ ਹੈ ਭਾਵਨਗਰ ਸ਼ਹਿਰ 13 ਕਿਲੋਮੀਟਰ ਕਿ ਪੂਰਾ 13 ਕਿਲੋਮੀਟਰ ਵੱਧ ਘੱਟ ਨਹੀਂ ਕਿਉਂਕਿ ਇੱਥੇ ਬਕਾਇਦਾ ਕਿ ਬੋਲ ਲੱਗਿਆ ਹੋਇਆ ਹੈ ਭਾਵਨਗਰ ਸ਼ਹਿਰ 13 ਕਿਲੋਮੀਟਰ ਆਪਾਂ ਖੜੇ ਹਾਂ ਜ਼ਿਲ੍ਹਾ ਭਾਵਨਗਰ ਤਹਿਸੀਲ ਮੁੰਚਨਾਬਾਦ ਭਾਵਨਗਰ ਸ਼ਹਿਰ 13 ਕਿਲੋਮੀਟਰ ਦੋਸਤੋ ਇਹ ਨਹਿਰ ਆ ਰਹੀ ਮਾਸ਼ਾਅੱਲਾ ਇੱਥੇ ਵੱਡੀ ਨਹਿਰੀ ਸਦਕੀ ਨੇਰ ਉਹਦੇ ਵਿੱਚੋਂ ਨਿੱਕੀ ਨਹਿਰ ਨਿਕਲਦੀ ਪਈ ਹੈ ਜਿਹਨੂੰ ਆਪਰਜਵਾਇਆ ਕਹਿੰਦੇ ਆ ਇਹ ਚਾਲ ਬਣੀ ਹੋਈ ਹੈ ਇਹ ਪਰਾਹ ਨੂੰ ਪਤਾ ਹੈ ਕਿ ਪਾਣੀ ਦੀ ਸਪੀਡ ਵਧਾਣ ਵਧਾਣ ਵਾਸਤੇ 5-6 ਕਿਲੋਮੀਟਰ ਤੇ ਤਕਰੀਬਨ ਕਿ ਚਾਲ ਬਣੀ ਹੁੰਦੀ ਹੈ ਦੋਸਤੋ ਇਹ ਚਾਲ ਬਣੀ ਹੋਈ ਹੈ ਜਿਹਦੇ ਨਾਲ ਪਾਣੀ ਦੀ ਸਪੀਡ ਤੇਜ਼ ਹੁੰਦੀ ਹੈ ਇਹ ਨਾਲ ਲਿੰਕ ਰੋਡ ਹੈਗਾ ਇਹ ਵੀ ਪੋਲ ਹੈਗਾ ਛੋਟਾ ਪੋਲ ਕਿ ਦੋ ਪੋਲ ਗੁਜ਼ਰਦ ਪੈ ਨੇ ਆ ਵੇਖੋ ਦੋ ਪੌੜ ਇੱਕ ਵੱਡਾ ਪੌੜ ਇੱਕ ਨਾਲ ਛੋਟਾ ਪੌੜ ਦੋਸਤੋ ਦੋ ਪੌੜ ਨੇ ਇੱਥੇ ਆਪਣੇ ਕੋਲੇ 5 ਏਕੜ ਦੀ ਜ਼ਮੀਨ ਹੈ ਜਿਹੜੀ ਬਾਕੀ ਦੀ 22 ਏਕੜ ਜ਼ਮੀਨ ਹੈਗੀ ਏ ਉਹ ਗਾਉਂ ਦੇ ਉੱਤੇ ਗਾਉਂ ਦੇ ਬਿਲਕੁਲ ਨਾਲ ਲੱਗੀ ਏ ਕਿ ਗਾਉਂ ਦੇ ਕਰੀਬ ਅਸੀਂ ਸਮਝ ਲਓ ਕਿ ਗਾਉਂ ਦੇ ਨਾਲ ਜ਼ਮੀਨ ਹੈਗੀ ਉਹ ਉੱਤੇ ਉਹਦਾ ਫਰੰਟ ਲੱਗਦਾ ਹੈ ਗਾਉਂ ਦੇ ਉੱਪਰ ਹੈ ਦੋਸਤੋ 27 ਏਕੜ ਦੀ ਜ਼ਮੀਨ ਹੈ ਬਿਲਕੁਲ ਇੰਤਹਾਈ ਸਸਤੀ ਏ ਜਿਹੜੇ ਪ੍ਰੋਪਰ ਆਕਮੈਂਡ ਕਰਦੇ ਨੇ ਕਈ ਕਿ ਭਾਵਨਗਰ ਤੇ ਚੋਨਾ ਨਹੀਂ ਹੁੰਦਾ ਦੋਸਤੋ ਇਹ ਜ਼ਰੇਈ ਜ਼ਮੀਨ ਦੇ ਵਿੱਚ ਮਕਮਲ ਚੋਨਾ ਕਸ਼ਤ ਕੀਤਾ ਗਿਆ ਹੈ ਤੁਸੀਂ ਆਸ-ਪਾਸ ਦਾ ਮਾਹੌਲ ਤਸੱਲੀ ਨਾਲ ਚੈੱਕ ਕਰ ਲੋ ਮੈਂ ਕੈਮਰਾ بار-बार घुमा-ਘੁਮਾ ਕੇ ਦਿਖਾ ਰਿਹਾ ਕਿ ਤੁਹਾਨੂੰ ਇਹੋ ਲੋਕੇਸ਼ਨ ਮੌਕੇ ਤੇ ਮਿਲੇਗੀ ਇਹ ਰਾਤ ਅਸਲੀ ਨਾਲ ਵੇਖ ਲੋ ਇਹ ਰਸਤਾ ਜਾ ਰਿਹਾ ਹੈ ਕੱਚਾ ਰਸਤਾ ਜਿਹੜਾ ਕਿ ਚੰਦ ਕਦਮ ਅੱਗੇ ਜਾ ਕੇ ਇੱਥੇ ਜ਼ਮੀਨ ਹੈਗੀ 5 ਏਕੜ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਅੱਗੇ ਜਾ ਕੇ ਉੱਥੇ ਜ਼ਮੀਨ ਹੈਗੀ ਹੈ 22 ਏਕੜ ਇਸ ਟਾਈਮ ਮੌਕੇ ਤੇ ਆ ਗਿਆ ਮੈਂ ਕਿ ਸਮਨ ਬੋਲ ਰਗਾ ਸੀ ਇਹ ਪੁੱਲ ਤੋਂ ਆਏ ਆ ਤੇ ਇਸ ਸਾਈਡ ਤੇ گاਉਂ ਵਗਾ ਹੈ گاਉਂ ਦੇ ਵਿੱਚ ਜੂ ਜ਼ਮੀਨ ਹੈਗੀ 22 ਏਕੜ ਬਿਲਕੁਲ گاਉਂ ਦੇ ਅੰਦਰ 22 ਏਕੜ ਜ਼ਮੀਨ ਹੈ ਜਿੱਥੇ ਆਪਾਂ ਖੜੇ ਹੈਗੇ ਆ ਇੱਥੇ 5 ਏਕੜ ਜ਼ਮੀਨ ਹੈਗੀ ਹੈ ਦੋਸਤੋ ਇਹ 27 ਏਕੜ ਜ਼ਰਾਈ ਜ਼ਮੀਨ ਹੈ ਇੰਤਹਾਈ ਸਸਤੀ ਇਸ ਵਾਸਤੇ ਕਿ ਇੰਦੇ ਵਿੱਚ ਤਕਰੀਬਨ ਕੋਈ 8 ਏਕੜ ਗੈਰ ਬਾਦਵੀ ਹੈਗੀ ਹੈ ਇਸ ਵਾਸਤੇ ਕਿ ਅਗਰ ਆਪਾਂ ਮੁਕਮਲ ਆਬਾਦ ਜ਼ਮੀਨ ਦੀ ਗੱਲ ਕਰੀਏ ਫਿਰ ਆਪਾਂ ਨੂੰ ਜ਼ਮੀਨ ਮਹਿੰਗੀ ਮਿਲਣੀ ਸੀ 8 ਏਕੜ ਜ਼ਮੀਨ ਖੇਰਬਾਦ ਹੈ ਉੰਦੀ ਵਜ੍ਹਾ ਨਾਲ ਆਪਾਂ ਨੂੰ ਜ਼ਮੀਨ ਇੰਤਖਾਈ ਸਸਤੀ ਬਣ ਚੇਗੀ ਤੇ ਦੋਸਤੋ ਤੁਸੀਂ ਨਾ ਚੈੱਕ ਕਰ ਲਓ ਲੋਕੇਸ਼ਨ ਇਹਦੀ ਇਹ ਤਾਈਂ ਲੱਗੇ ਹੋਏ ਨੇ ਭਾਵਨ ਦਿਖਾ ਰਹੇ ਆ ਕਿ ਤਾਈਂ ਦੋਸਤੋ ਇਸ ਇਲਾਕੇ ਤਾਈਂ ਹੁੰਦੇ ਨੇ ਅਸੀਂ ਤੁਹਾਨੂੰ ਕੈਮਰਾ ਮਾਰਕ ਦਿਖਾ ਰਹੇ ਆ ਕਿ ਇਸ ਇਲਾਕੇ ਚ ਤਾਈਂ ਹੁੰਦੇ ਨੇ ਕਿ ਇਹ ਨਹੀਂ ਹੁੰਦਾ ਕਿ ਮੂਵੀ ਕਿਸੇ ਹੋਰ ਪਰਸ ਪਈ ਤੇ ਅਸੀਂ ਕਿਸੇ ਹੋਰ ਜਗ੍ਹਾ ਦਾ ਨਾ ਲੈਂਦੇ ਪਏ ਆ ਤੁਸੀਂ ਮੌਕੇ ਤੱਕ ਚੈੱਕ ਕਰਨਾ ਹੈ ਤੁਹਾਨੂੰ ਇਹੋ ਲੋਕੇਸ਼ਨ ਤਸੱਲੀ ਨਾਲ ਚੈੱਕ ਕਰ ਲਓ ਮਿਲੇਗੀ ਮੌਕੇ ਤੇ ਤੁਹਾਨੂੰ ਇਹੋ ਜ਼ਮੀਨ ਮਿਲੇਗੀ ਬਾਕੀ ਤਾਂ ਵੀ ਤਾਂ ਹੀ ਲੱਗੇ ਹੋਣਗੇ ਕਿ ਇਸ ਇਲਾਕੇ ਤਾਂ ਹੀ ਬੜਾ ਸ਼ਾਨਦਾਰ ਹੁੰਦਾ ਹੈ ਇਹ ਮੋਟਰਸਾਈਕਲ ਤੇ ਜਾ ਰਿਹਾ ਮੈਂ ਕਿ ਪ੍ਰਵਾਨ ਦਿਖਾ ਰਿਹਾ ਮੈਂ ਕਿੰਦਾ ਫਰੰਟ ਕਿੰਨਾ ਵੱਡਾ ਹੈ ਮਾਸ਼ੱਲਾ ਐਂ ਸਮਝ ਲਓ ਕਿ 5 ਏਕੜ ਜ਼ਮੀਨ ਫਰੰਟ ਤੇ ਪਈ ਹੋਈ ਹੈ ਤੇ ਤਾਂ ਹੀ ਲੱਗਿਆ ਤੁਹਾਡੇ ਸਾਹਮਣੇ ਮਾਸ਼ੱਲਾ ਬੜਾ ਹੀ ਸ਼ਾਨਦਾਰ ਅੱਗੇ ਜਾ ਕੇ ਮੈਂ ਪ੍ਰਵਾਨ ਚੱਕ ਰਾਵਾਂਗਾ ਰਜਵਾਇਆ ਸੋਰੀ ਰਜਵਾਇਆ ਕਰਤਾ ਮੋਗਾ ਜਿਹੜਾ ਰਜਵੇਦ ਵਿੱਚੋਂ ਮੋਗਾ ਨਿਕਲਦਾ ਪਿਆ ਆਪਾਂ ਤੁਹਾਨੂੰ ਭਰਾਵਾਂ ਨੂੰ ਉਹ ਚੈੱਕ ਕਰਾਵਾਂਗੇ ਜਿਹੜਾ ਕਿ ਆਪਣੀ ਜ਼ਮੀਨ ਦੇ ਕਿ ਆਪਣੀ ਜ਼ਮੀਨ ਦੇ ਅੰਦਰ ਨਿਕਲਦਾ ਪਿਆ ਤੁਹਾਨੂੰ ਮੈਂ ਚੈੱਕ ਕਰਾਵਾਂਗਾ ਇੱਥੇ 5 ਏਕੜ ਜ਼ਮੀਨ ਹੈ ਤੇ ਬਿਲਕੁਲ ਨਾਲ گاؤں ਹੈ گاؤں ਚ ਵਿੱਚ ਦੀ 2 ਏਕੜ ਜ਼ਮੀਨ ਹੈਗੀ ਹੈ ਇਹ ਨਿਰ ਕ੍ਰਾਸ ਕਰਕੇ ਤੇ ਆਪਣਾ ਲਿੰਕ ਰੋਡ ਹੈ ਜਿਹੜਾ ਕਿ ਬਾਵਲਗਰ ਸ਼ਹਿਰ ਤੋਂ ਆ ਰਿਹਾ ਹੈ ਤਾਂ ਕਿ ਸ਼ਾਰਟਕਾਟ ਪਿੰਨਾ ਚੋਂ ਗੁਜ਼ਰ ਕੇ ਤੇ ਮਿੰਚਨਾਬਾਦ ਜਾ ਰਿਹਾ ਹੈ ਐਵੇਂ ਕੋ ਦੋਸਤੋ ਇਹ ਤਸਵੀਰ ਨੂੰ ਚੈੱਕ ਕਰ ਲੋ ਇੱਥੇ ਲਗ ਹੈ ਮੋਗਾ ਵੇਖੋ ਇਹ ਨੇਰ ਇਹ ਸਾਹਮਣੇ ਜ਼ਮੀਨ ਹੈ ਤੇ ਇਹ ਮੋਗਾ ਆ ਗਿਆ ਤੇ ਸਾਹਮਣੇ ਖਾਲਾ ਹੈ ਤੇ ਇਸ ਟਾਈਮ ਪਾਣੀ ਵੀ ਆਪਣੀ ਜ਼ਮੀਨ ਨੂੰ ਲੱਗਦਾ ਪਿਆ ਦੋਸਤੋ ਨਜਵਾਯਾ ਆ ਰਿਹਾ ਸਦਕੀ ਨਹਿਰ ਚੋਂ ਤੇ ਤੁਹਾਨੂੰ ਪਤਾ ਕਿ ਸਦਕੀ ਨਹਿਰ ਸਾਲ ਦਾ ਨਰੀ ਪਾਣੀ ਦਿੰਦੀ ਹੈ ਇਹ ਵੇਖੋ ਇਹ ਮੋਕੇ ਤੇ ਆਪਣੀ ਜ਼ਮੀਨ ਨੂੰ ਲੱਗਦਾ ਪਿਆ ਪਾਣੀ ਇਹ ਸਾਹਮਣੇ ਲੱਗੇ ਨੇ ਤਾਂ ਹੀ ਇਹ 14 ਲੱਗਿਆ 5 ਏਕੜ ਤੇ ਜ਼ਮੀਨ ਹੈ ਆਪਣੀ ਤੇ ਮੁਕੰਮਲ ਜ਼ਮੀਨ ਚ ਤਾਂ ਹੀ ਲੱਗੇ ਨੇ ਜਿਹੜੀ ਜ਼ਮੀਨ گاؤں ਚ ਪਈ ਹੈ 2 ਏਕੜ ਉਹਦੇ ਚ ਵੀ ਤਾਂ ਹੀ ਲੱਗੇ ਹੋਏ ਨੇ ਹੁਣ ਆਪਾਂ ਇਹ ਜ਼ਮੀਨ ਤਸਲੀਮ ਦਿਖਾ ਲਈਏ ਤੇ ਹੁਣ ਆਪਾਂ ਤੁਹਾਨੂੰ ਪਰਵਾ ਨੂੰ ਦਿਖਾਵਾਂਗੇ ਜਾ ਕੇ 2 ਏਕੜ ਜ਼ਮੀਨ ਦੋਸਤੋ ਮੂਵੀ ਥੋੜੀ ਲੰਮੀ ਇਸ ਵਾਸਤੇ ਹੁੰਦੀ ਪਈ ਹੈ ਕਿ 5 ਏਕੜ ਜ਼ਮੀਨ ਅਲੱਗ ਪਈ ਹੋਈ ਸੀ ਤੇ 2 ਏਕੜ ਜ਼ਮੀਨ ਅਲੱਗ ਪਈ ਹੋਈ ਸੀ ਹੈ ਇੱਕੋ ਕਰ ਦੀ ਜ਼ਮੀਨ ਹੈ ਇਹ ਇੱਕੋ ਕਰ ਦੀ ਜ਼ਮੀਨ ਹੈ ਇੱਕੋ ਮਾਲਕਿੰਦਾ ਦੋ ਤਿੰਨ ਪਾਈ ਹੋਣਗੇ ਲੇਕਿਨ ਮੌਕੇ ਤੇ ਬਿਆਨ ਦੇਣਗੇ ਸਭ ਰਾਜ਼ੀ ਹੋਣਗੇ ਵਿੱਚ ਮਸਲਾ ਮਸਾਇਲ ਨਹੀਂ ਹੋਵੇਗਾ ਦੋਸਤੋ ਇਹ 5 ਏਕੜ ਜ਼ਮੀਨ ਦਾ ਵੀ ਮਾਸ਼ਾਅੱਲਾ ਫਰੰਟ ਬੜਾ ਵੱਡਾ ਹੈ ਤੇ ਮੋਟਰਸਾਈਕਲ ਤੇ ਪਰੌਣ ਨੂੰ ਮੈਂ ਮੁਕੰਮਲ ਚੈੱਕ ਕਰਾਇਆ ਹੈ ਜਿਹੜੀ 2 ਏਕੜ ਜ਼ਮੀਨ ਗਾਉਂ ਚ ਪਈ ਹੈ ਉਹਦਾ ਵੀ ਫਰੰਟ ਮਾਸ਼ਾਅੱਲਾ ਬੜਾ ਵੱਡਾ ਹੈਗਾ ਕਿ ਮੁਕੰਮਲ ਜ਼ਮੀਨ ਫਰੰਟ ਤੇ ਪਈ ਹੈ ਇਹ ਪਰੌਣ ਆਪਾਂ ਗਾਉਂ ਦੇ ਵਿੱਚ ਆ ਗਏ ਆ ਇਹ ਮੋਟਰਸਾਈਕਲ ਤੇ ਆਪਾਂ ਗਾਉਂ ਦੇ ਅੰਦਰ ਦਾਖਲ ਹੋ ਗਏ ਆ ਇੱਥੇ ਵੀ ਜ਼ਮੀਨ ਪਈ ਹੈ 2 ਏਕੜ ਇਹ ਸਾਹਮਣੇ ਪ੍ਰਾਵਨ ਦਿਖਾ ਰਹੇ ਹਾਂ ਮੈਂ ਕਿ ਇਹ ਸਾਹਮਣੇ ਤਾਂ ਹੀ ਲੱਗੇ ਹੋਏ ਨੇ ਇੱਥੇ 2 ਬਾਈ ਏਕੜ ਜ਼ਮੀਨ ਹੈ ਜਿਹੜੀ ਕਿ گاਉਂ ਦੇਖੋ ਸਾਹਮਣੇ گاਉਂ ਹੈਗਾ ਦੋਸਤੋ ਇਸ گاਉਂ ਚ ਫਿਲਹਾਲ ਬਿਜਲੀ ਨਹੀਂ ਹੈਗੀ ਲੇਕਿਨ ਅਨਕਰੀਬ ਬਿਜਲੀ ਆ ਜਾਏਗੀ ਲੇਕਿਨ ਜਿਹੜੀ 5 ਏਕੜ ਜ਼ਮੀਨ ਮੈਂ ਪ੍ਰਾਵਨ ਨੂੰ ਪਹਿਲੇ ਦਿਖਾ ਕੇ ਆਇਆ ਜਿਹੜੀ ਕਿ ਨਿਜਵਾਇ ਦੇ ਉੱਪਰ ਲੱਗੀ ਸੀ ਨੇਰ ਦੇ ਉੱਪਰ ਲੱਗੀ ਸੀ ਦੋਸਤੋ ਉੱਥੇ ਬਿਜਲੀ ਹੈਗੀ ਔਸ 5 ਏਕੜ ਚ ਬਿਜਲੀ ਮੌਕੇ ਤੇ ਮੌਜੂਦ ਹੈ ਮੈਂ ਪ੍ਰਾਵਨ ਦਿਖਾ ਰਿਹਾ ਕਿ ਖੰਭੇ ਲੱਗੇ ਅਸੀਂ ਤਾਰਾਂ ਲਗੀਆਂ ਅਸੀਂ ਦੋਸਤੋ ਇੱਥੇ 2 ਬਾਈ ਏਕੜ ਜ਼ਮੀਨ ਹੈ ਜਿਹੜੀ ਕਿ گاؤں ਦੇ ਅੰਦਰ ਆ ਜਾਂਦੀ ਹੈ ਇਸ گاؤں ਦੇ ਵਿੱਚ ਹਰ ਸੌਲਤ ਮੌਜੂਦ ਹੈਗੀ ਹੈ ਮਸਜਿਦ ਹੈਗੀ ਹੈ ਪੀਨਵਾਟਰ ਸਾਫ ਪਾਣੀ ਹੈਗਾ ਸਿਰਫ ਕਿ ਇੱਥੇ ਬਿਜਲੀ ਨਹੀਂ ਹੈਗੀ ਇੱਥੇ 2 ਬਾਈ ਏਕੜ ਜ਼ਮੀਨ ਹੈ 2 ਬਾਈ ਏਕੜ ਜ਼ਮੀਨ ਇੱਥੇ ਮੌਜੂਦ ਹੈ ਤੇ 5 ਏਕੜ ਜ਼ਮੀਨ ਥੋੜੇ ਜਿਹਾ ਫਾਸਲੇ ਤੇ ਕਿ ਨਦਰ ਦੇ ਉੱਪਰ ਮੌਜੂਦ ਹੈਗੀ ਹੈ ਇਹ ਵੇਖੋ ਦੋਸਤੋ ਇਹ ਸਾਹਮਣੇ ਜ਼ੂਮ ਕਰਨਾ ਇੱਥੇ ਵੀ 1 ਏਕੜ ਜ਼ਮੀਨ ਹੈਗੀ ਏ ਜਿਹੜੀ ਇਸ 2 ਏਕੜ ਜ਼ਮੀਨ ਦੇ ਅੰਦਰ ਆ ਜਾਂਦੀ ਏ ਇੱਕ ਖਜੂਰ ਲੱਗੀ ਹੋਈ ਏ ਵੇਖੋ ਸਾਹਮਣੇ ਇੱਕ ਖਜੂਰ ਲੱਗੀ ਹੋਈ ਏ ਇਸ 1 ਏਕੜ ਜ਼ਮੀਨ ਦੇ ਅੰਦਰ ਲੱਗੀ ਹੋਈ ਏ ਕਿ ਇੱਥੇ ਵੀ 1 ਏਕੜ ਜ਼ਮੀਨ ਹੈਗੀ ਏ ਦੋਸਤੋ ਅਲੱਗ ਅਲੱਗ ਟੋਟੇ ਪੈਣ ਦੋ ਤਿੰਨ ਇਸ ਸਾਹਮਣੇ ਪ੍ਰਬੰਧ ਹਾਰੇ ਮਹਿਜ਼ੂਮ ਕੀਤਾ ਹੈ ਕਿ ਮੱਝਾਂ ਆ ਰਹੀਆਂ ਹਨ ਜਾਨਵਰ ਆ ਰਹੇ ਸੀ ਉਥੋਂ ਤੱਕ ਇਹਦਾ ਬੰਨਾ ਹੈਗਾ ਜ਼ਮੀਨ ਦਾ ਇਸ ਸਾਈਡ ਤੇ ਇਹ ਵੇਖੋ ਦੋਸਤੋ ਜੋਸਤੋ ਲਾ ਕੇ ਮਹਰਮਨ ਨਾ ਲਿਆ ਸਕਿੰਦੇ ਵਿੱਚ 8 ਏਕੜ ਜ਼ਮੀਨ ਗੈਰ ਬਾਦ ਹੈਗੀ ਹੈ ਮਜ਼ਰਾ ਚਾਣਾ ਮੈਂ ਉਹ ਨਹੀਂ ਦਿਖਾ ਚੁਕਿਆ ਕਿ ਥੋੜੀ ਦੂਰ ਹੈਗੀ ਸੀ ਥੋੜਾ ਫਾਸਲਾ ਹੈ ਸੀ ਉਹ ਨਹੀਂ ਦਿਖਾਈ ਹੈਗੀ ਮੈਂ ਲੇਕਿਨ 8 ਏਕੜ ਜ਼ਮੀਨ ਗੈਰ ਬਾਦ ਹੈ ਬਾਕੀ ਮੁਕਮਲ ਜ਼ਮੀਨ ਆਬਾਦ ਹੈ ਤੇ ਮੁਕਮਲ ਜ਼ਮੀਨ ਦੇ ਵਿੱਚ ਮਾਲਕ ਨੇ ਮਾਸ਼ਾਅੱਲਾ ਚੋਨਾ ਕਾਸ਼ਤ ਕੀਤਾ ਹੋਇਆ ਹੈ ਦੋਸਤੋ ਇਹ ਜ਼ਮੀਨ ਦੀ ਡਿਮਾਂਡ ਕੀਤੀ ਹੈ ਮਾਲਕ ਨੇ ਸਿਰਫ 9 ਲੱਖ ਰੁਪਇਆ ਦੋਸਤੋ ਅਗਰ ਆਪਾਂ ਮੁਕਮਲ ਆਬਾਦ ਜ਼ਮੀਨ ਦੀ ਗੱਲ ਕਰੀਏ ਇੱਥੇ 15 ਲੱਖ ਰੁਪਇਆ 16 ਲੱਖ ਰੁਪਇਆ ਡਿਮਾਂਡ ਚੱਲਦੀ ਪਈ ਫੀ ਏਕਰ ਦੇ حساب ਨਾਲ ਜਿਹੜੀ ਜ਼ਮੀਨ ਮੁਕੰਮਲ ਆਬਾਦ ਏ ਕਿਉਂਕਿ ਇਸ ਇਲਾਕੇ 'ਚ ਠੇਕਾ ਚੱਲਦਾ ਪਿਆ ਹੈ ਫੀ ਏਕਰ ਦੇ حساب ਨਾਲ 45000 ਰੁਪਇਆ ਇਹ ਵੀ ਗਾਰੰਟੀ ਹੈ ਤੇ ਆਬਾਦ ਜ਼ਮੀਨ ਦੇ ਉੱਤੇ ਡਿਮਾਂਡ ਚੱਲਦੀ ਪਈ 15-16 ਲੱਖ ਰੁਪਇਆ ਫੀ ਏਕਰ ਦੇ حساب ਨਾਲ ਲਿਹਾਜ਼ਾ ਇਹਦੇ ਵਿੱਚ 8 ਏਕਰ ਜ਼ਮੀਨ ਗੈਰ ਆਬਾਦ ਏ ਇਸ ਵਾਸਤੇ ਇੰਦੀ ਡਿਮਾਂਡ ਕੀਤੀ ਹੈ ਮਾਲਕ ਨੇ 9 ਲੱਖ ਰੁਪਇਆ ਜੇ ਦੋਸਤੋ 9 ਲੱਖ ਦੇ ਵਿੱਚੋਂ ਵੀ ਕਮੀ ਪੇਸ਼ੀ ਪਿਆਰ ਮੁਹੱਬਤ ਹੋ ਜਾਏਗਾ ਦੋਸਤੋ ਮਾਸ਼ਾਅੱਲ੍ਲ੍ਹਾ ਬਹੁਤ ਹੀ ਅੱਛੀ ਬਹੁਤ ਹੀ ਸ਼ਾਨਦਾਰ ਜ਼ਮੀਨ ਹੈ। ਦੋਸਤੋ ਆਪਣਾ WhatsApp ਨੰਬਰ ਐਂਡ ਕਾਲ ਨੰਬਰ ਲੱਗਿਆ ਹੁੰਦਾ ਹੈ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ। ਕਿਸੇ ਦੋਸਤ ਨੂੰ ਡਿਸਕ੍ਰਿਪਸ਼ਨ ਦਾ ਪਤਾ ਨਹੀਂ ਵੀ ਲੱਗਦਾ ਤੇ ਇੱਕ ਮਿੰਟ ਬੁਕਸ ਕਰਕੇ ਇੱਕ ਮਿੰਟ ਦੇ ਵਿੱਚ ਆਪਾਂ ਨੂੰ ਮੈਸੇਜ ਕਰਕੇ ਤੁਸੀਂ ਆਪਣਾ ਨੰਬਰ ਲੈ ਸਕਦੇ ਜੀ। ਕਿ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ WhatsApp ਨੰਬਰ ਲੱਗਿਆ ਹੁੰਦਾ ਹੈ। ਕਾਲ ਤੇ ਜਵਾਬ ਮਸੂਲ ਨਾ ਹੋਵੇ ਤੁਸੀਂ ਆਪਾਂ ਨੂੰ WhatsApp ਤੇ ਲਾਜ਼ਮੀ ਮੈਸੇਜ ਕਰਨਾ ਹੈ। ਇਨਸ਼ਾਅੱਲਾ ਮਿਲਾਂਗੇ ਅਗਲੀ ਵੀਡੀਓ ਤੇ ਖੁਦਾ ਹਾਫਿਜ਼।